अक्सर खबरां सामने आउंदियां ने कि धोखे दे नाल ओटीपी नंबर लैके बैंक खाते दे विचों पैसे कढ ले गए ने। अजिही ताजी घटना गुरदासपुर तो सामने आई है, जिथे कि एक भोला भाला परिवार धोखे का शिकार हो गया, जो कि एक छोटा जिहा ढाबा चला के अपने घर का गुजारा करता है। दस दईए कि पहला एक व्यक्ति ने ढाबे ते 20 थालियां का ऑर्डर दिता, फिर धोखे दे नाल ओटीपी नंबर लैके उन्हां दे दोवें खाते खाली कर दिते। पीड़ित परिवार का कहना है कि बीते दिन एक व्यक्ति जो कि अपने आप नूं BSF का जवान दस रहा सी, उसने 20 थालियां का ऑर्डर दिता अते पैसे बैंक खाते दे विच पाउण दी गल आखी, जिसने धोखे दे नाल ATM दी फोटो अते OTP नंबर लै लिया अते दोवां दे खाते खाली कर दिते। ਘੰਟੇ ਵਿੱਚ ਰੋਟੀ ਬਣਾਈ ਹੈ। ਤੇ ਰੋਟੀ ਬਣਾ ਕੇ ਫੋਨ ਕੀਤਾ ਉਹਨਾਂ ਨੂੰ ਕਿ ਭਾਜੀ ਤੁਸੀਂ ਆਪਣੀ ਨਾ ਰੋਟੀ ਲੈ ਜਾਓ, ਅਸੀਂ ਬੈਗ ਕਰਦੇ ਹਾਂ। ਤੇ ਕਹਿੰਦੇ ਤੁਸੀਂ ਸਾਨੂੰ ਨਾ ਬਿੱਲ ਬਣਾ ਕੇ ਭੇਜੋ। ਅਸੀਂ ਫਿਰ ਇੱਕ ਕਾਪੀ ਪੇਜ 'ਤੇ ਲਿਖ ਕੇ ਅਤੇ ਉਹਨਾਂ ਨੂੰ ਬਿੱਲ ਭੇਜਿਆ। ਤੋ ਕਹਿੰਦੇ ਨੇ ਤੁਸੀਂ ਨਾ ਆਪਣਾ ਨਾ ATM ਕਾਰਡ ਦਾ ਨਾ ਫੋਟੋ ਖਿੱਚ ਕੇ ਭੇਜੋ, ਅਤੇ ਅਸੀਂ ਪਿੱਛੋਂ ਪੈਸੇ ਲੈਣੇ ਆ। ਅਸੀਂ ਉਹ ਉਸ ਤਰ੍ਹਾਂ ਕਰਕੇ ਭੇਜਿਆ। ਅਤੇ ਬਿੱਲ ਅਤੇ ATM WhatsApp 'ਤੇ ਭੇਜਿਆ ਜਾਂ WhatsApp 'ਤੇ ਫੋਟੋਆਂ ਖਿੱਚ ਕੇ ਭੇਜੀਆਂ ਸੀ। ਕੋਈ ਐਡਵਾਂਸ ਨਹੀਂ ਮੰਗਿਆ ਉਹਨਾਂ ਵੱਲੋਂ? ਐਡਵਾਂਸ ਅਸੀਂ ਮੰਗਿਆ ਸੀ ਉਹਨਾਂ ਨੂੰ, ਅਤੇ ਉਹ ਕਹਿੰਦੇ ਸੀ ਕਿ ਤੁਸੀਂ ਅਸੀਂ ਪਿੱਛੋਂ ਅਫਸਰਾਂ ਕੋਲ ਪੈਸੇ ਲੈਣੇ ਆ, ਤਾਂ ਤੁਸੀਂ ਸਾਨੂੰ ਬਿੱਲ ਬਣਾ ਕੇ ਭੇਜੋ ਅਤੇ ਅਸੀਂ ਤੁਹਾਨੂੰ WhatsApp 'ਤੇ ਭੇਜਾਂਗੇ, ਤੁਹਾਡੇ ਬੈਂਕ 'ਚ ਪਾਵਾਂਗੇ। ਫਿਰ ਕੀ ਹੋਇਆ? ਅਸੀਂ ATM ਦੀ ਫਿਰ ਫੋਟੋਆਂ ਖਿੱਚ ਕੇ ਭੇਜੀਆਂ, ਅਤੇ ਮੁੰਡਾ ਮੇਰਾ ਛੋਟਾ ਵਾ, ਇਹਨੂੰ ਸਮਝ ਨਹੀਂ ਸੀ, ਇਹਨੇ ATM ਦੀ ਫੋਟੋ ਖਿੱਚ ਕੇ ਭੇਜੀ ਅਤੇ ਕਹਿੰਦੇ ਤੁਹਾਨੂੰ ਮੈਸੇਜ ਆਵੇਗਾ ਅਤੇ ਤੁਸੀਂ ਨੰਬਰ ਸਾਨੂੰ ਦੱਸ ਦਿਓ, OTP ਨੰਬਰ ਦੱਸ ਦਿਓ। ਠੀਕ ਹੈ। ਤੇ ਮੁੰਡੇ ਨੇ ਦੇਖਿਆ ਤੇ ਦੱਸ ਦਿੱਤਾ ਉਹ ਨੰਬਰ, ਤੇ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਨਾ ਸ਼ੋਅ ਨਹੀਂ ਹੋਣ ਦਿਆ, ਜੇ ਤੁਹਾਡੇ ਕੋਲ ਦੂਸਰਾ ਨੰਬਰ ਹੈਗਾ ਤੇ ਤੁਸੀਂ ਦੂਸਰੇ ਖਾਤੇ ਦਾ ਦੱਸੋ। ਤੇ ਦੂਸਰਾ ਨੰਬਰ ਮੈਸੇਜ ਆਇਆ ਤੇ ਉਹਨੇ ਉਹ ਵੀ ਦੱਸਤਾ, ਤੇ ਥੋੜੇ ਚਿਰ ਬਾਅਦ ਨੂੰ ਜਦੋਂ ਉਹਨੇ ਫੋਨ ਬੰਦ ਕੀਤਾ ਵਾ ਤੇ ਸਾਨੂੰ ਪਤਾ ਲੱਗਾ ਸਾਡੇ ਸਾਰੇ ਪੈਸੇ ਨਿਕਲ ਗਏ ਆ। ਕਿੰਨੇ ਕਿੰਨੇ ਪੈਸੇ ਸੀ ਦੋਨਾਂ ਅਕਾਊਂਟਾਂ 'ਚ? ਇੱਕ 'ਚ ਹੈਗਾ ਸੀ 5600 ਰੁਪਇਆ, ਇੱਕ 'ਚ 1900 ਰੁਪਇਆ। ਅਸੀਂ ਗਰੀਬ ਬੰਦੇ ਹਾਂ, ਸਾਡੇ ਕੋਲ ਇਹੋ ਹੀ ਹੈਗੇ ਸੀ, ਉਹਨੇ ਸਾਰੇ ਕੱਢ ਲਏ ਪੈਸੇ ਸਾਡੇ। ਤੁਹਾਡੇ ਲੋਕੋ ਪੁਲਿਸ ਕੰਪਲੇਂਟ ਕੀਤੀ ਜੀ? ਹਾਂਜੀ ਅਸੀਂ ਕੀਤੀ, SSP ਕੋਲ ਗਏ ਹਾਂ ਤੇ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਹੈ ਤੇ ਕਹਿੰਦੇ ਅਸੀਂ ਕਾਰਵਾਈ ਇੱਥੇ ਕਰਕੇ ਤੇ ਤੁਹਾਨੂੰ ਜਲਦ ਜਲਦੀ ਦੱਸਾਂਗੇ। ਇਹਦਾ ਜਿਹੜਾ WhatsApp ਨੰਬਰ ਹੈ ਤੁਹਾਡੇ ਕੋਲ, ਫੋਨ ਨੰਬਰ ਹੈ, ਇਹਦੇ ਤੋਂ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਇਹਦੀ? ਹਾਂਜੀ ਕੀਤੀ, ਪਰ ਸਾਨੂੰ ਪਤਾ ਨਹੀਂ ਲੱਗਾ ਜੀ, ਉੱਤੇ ਫੌਜੀ ਦੀ ਫੋਟੋ ਲੱਗੀ। ਅਸੀਂ ਇਹੀ ਧੋਖੇ 'ਚ ਰਹੇ ਕਿ ਫੌਜੀ ਹੈ, ਚਲੋ ਸਾਡੇ ਨਾਲ ਕੋਈ ਮਾਰ ਨਹੀਂ ਹੋਏਗੀ। ਪੈਸੇ ਨਿਕਲਣ ਤੋਂ ਬਾਅਦ ਫੋਨ ਤੇ ਗੱਲ ਹੋਈ ਉਹਦੇ ਨਾਲ? ਹਾਂਜੀ ਫੋਨ ਤੇ ਗੱਲ ਹੋਈ, ਰਾਤੀ 10:30 ਉਹਨੇ ਫੋਨ ਕੀਤਾ ਵਾ ਸਾਨੂੰ ਤੇ ਮੈਂ ਗੱਲ ਕੀਤੀ ਉਹਨਾਂ, ਤੇ ਕਹਿੰਦੇ ਕਿ ਸਾਡੇ ਕੋਲ ਨਾ ਗਲਤੀ ਨਾਲ ਪੈਸੇ ਨਿਕਲ ਗਏ ਆ, ਤੁਹਾਨੂੰ 12 ਵਜੇ ਤੱਕ ਤੁਹਾਡੇ ਸਾਰੇ ਪੈਸੇ ਆ ਜਾਣਗੇ। ਤੇ ਅਸੀਂ ਉਹਨੂੰ ਇੰਨੀ ਗੱਲ ਜ਼ਰੂਰ ਕਹੀ ਕਿ ਅਸੀਂ ਤੇਰੀ ਕੰਪਲੇਂਟ ਕਰ ਦਿੱਤੀ ਹੈ, ਤਾਂ ਉਹਨੇ ਉਸੇ ਵੇਲੇ ਫੋਨ ਬੰਦ ਕਰਤਾ ਵਾ। ਕੀ ਚਾਹੁੰਦੇ ਹੋ ਹੁਣ, ਕੀ ਮੰਗ ਕਰਦੇ ਹੋ? ਸਾਨੂੰ ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ ਆ, 10-10-20 ਮਹੀਨੇ ਕਰਕੇ ਅਸੀਂ ਮਿਹਨਤ ਕਰਕੇ ਕੀਤਾ ਕੰਮ, ਛੋਟੇ ਛੋਟੇ ਵੇਲੇ ਬੱਚੇ, ਸਾਡੇ ਨਾਲ ਇਨਸਾਫ ਹੋਣਾ ਚਾਹੀਦਾ। ਫਿਲਹਾਲ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਸਕਾਈ ਨਿਊਜ਼ ਪੰਜਾਬ ਲਈ ਗੁਰਦਾਸਪੁਰ ਤੋਂ ਨੀਰਜ ਸਲਹੋਤਰਾ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।